ਪ੍ਰਧਾਨ ਬਾਲਮੀਕਿ ਸਭਾ ਡਾਕਟਰ ਅੰਬੇਦਕਰ ਬਾਲਮੀਕਿ ਨੌਜਵਾਨ ਸਭਾ ਵੱਲੋਂ ਅੱਜ ਇਹ ਪ੍ਰੋਗਰਾਮ ਕੀਤਾ ਗਿਆ ਜਿਹੜਾ ਦਿਨ 24 ਤਰੀਕ ਨੂੰ ਅਸੀਂ ਬੜਾ ਭਾਰੀ ਇਕੱਠ ਨਾਲ ਭਗਵਾਨ ਵਾਹਿਗੁਰੂ ਮਹਾਰਾਜ ਜੀ ਦੇ ਸਰੂਪ ਨੂੰ ਲੈ ਕੇ ਅਸੀਂ ਨਗਰ ਕੀਰਤਨ ਕੱਢ ਰਹੇ ਹਾਂ। ਇਸ ਨਗਰ ਕੀਰਤਨ ਦੇ ਵਿੱਚ ਬਹੁਤ ਤਰ੍ਹਾਂ ਦੀ ਝਾਕੀਆਂ, ਬਹੁਤ ਸਾਰੇ ਪਿੰਡਾਂ ਸ਼ਹਿਰਾਂ ਦੇ ਲੋਕ ਸਾਡੇ ਨਾਲ ਜੁੜੇ ਹੋਏ ਆ। ਹੁਣ ਸਮਾਪਤੀ ਅਸੀਂ ਨਿਊ ਮਾਰਕੀਟ ਵਿੱਚ ਜਿਹੜਾ ਹੈ ਰਸਮਾਂ ਦਾ ਜਿਹੜੀ ਕਰਾਂਗੇ, ਉਸ ਤੋਂ ਬਾਅਦ ਸਾਡੇ ਉੱਥੇ ਜਗਿੰਦਰ ਸਿੰਘ ਜੀ ਢਿੱਲੋਂ ਸਾਰੇ ਇਨਾਮ ਵੰਡ ਸਮਾਰੋਹ ਵੀ ਹੋਣਾ ਆ, ਔਰ ਸਾਡੇ ਮਾਨ ਸਤਿਕਾਰ ਜਿਹੜੇ ਪਿੰਡਾਂ ਸ਼ਹਿਰਾਂ ਤੋਂ ਆਏ ਹੋਏ ਪ੍ਰਧਾਨ ਸੈਕਟਰੀ ਸਾਰਿਆਂ ਦਾ ਮਾਨ ਸਤਿਕਾਰ ਕਰੇ ਜਾਂਗੇ ਇਸ ਖੁਸ਼ੀ ਦੇ ਉੱਪਰ। ਫਿਰ ਮੁੱਖ ਮਹਿਮਾਨ ਸਾਡੇ ਜਗਿੰਦਰ ਸਿੰਘ ਜੀ ਢਿੱਲੋਂ, ਜਗਦੀਸ਼ ਕੁਮਾਰ ਜੀ ਜੱਗਾ, ਇਹ ਸਾਰੇ ਆਪਣੇ ਨਾਲ ਉੱਥੇ ਆਉਣ। ਅੱਜ ਰਾਜਪੁਰੇ ਸ਼ਹਿਰ ਦੇ ਵਿੱਚ ਬਨਵਾੜੀ ਦੇ ਵਿੱਚ ਹੰਸਰਾਜ ਜੀ ਕੌਮੀ ਪ੍ਰਧਾਨ ਬਾਲਮੀਕ ਸਭਾ ਵੱਲੋਂ ਔਰ ਸਾਰੇ ਸਮੁੱਚੇ ਨਗਰ ਵੱਲੋਂ ਭਗਵਾਨ ਬਾਲਮੀਕ ਜੀ ਦਾ ਜਨਮ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ। ਸੋ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਸਮੁੱਚੇ ਨਗਰ ਨੂੰ ਔਰ ਜਿੰਨੀ ਵੀ ਇੱਥੇ ਸੰਗਤ ਆਈ ਉਹਨਾਂ ਨੂੰ ਆਪਣੇ ਵੱਲੋਂ ਸਾਨੂੰ ਪੰਜਾਬ ਦੇ ਵਿੱਚ ਬਰਕਰਾਰ ਜਿਹੜਾ ਹੈ ਰੱਖਣਾ ਚਾਹੀਦਾ।